नमस्कार दोस्तों, इलैक्ट्रिकल ज्ञान चैनल दे विच आप सब दा स्वागत है। अज दी इस वीडियो दे विच असी डिस्कस करन जा रहे हांगे उन्हां इंपोर्टेंट क्वेश्चंस दे बारे जिहड़े कि डीसी नैटवर्क दे विचों जां आपां कह सकदे हां डीसी बेसिक्स दे विचों नेगे, जो कि डिफरेंट एग्जाम्स दे विच हर बार हर ईयर रिपीट हुंदे नेगे। तां आपां एक सीरीज शुरू कर रहे हांगे जो 2019 दे विच जेई दीआं पोस्ट आ रहियां नेगियां ਉਹਨਾਂ ਵਾਸਤੇ ਆਪਾਂ ਇੱਕ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਸਾਰੇ ਟੌਪਿਕਸ ਅਤੇ ਸਾਰੇ ਇੰਪੋਰਟੈਂਟ ਕੁਐਸਚਨਸ ਨੂੰ ਆਪਾਂ ਇੱਕ ਵੀਡੀਓ ਦੇ ਵਿੱਚ ਹਰ ਡਿਫਰੈਂਟ ਵੀਡੀਓਜ਼ ਦੇ ਉੱਪਰ ਆਪਾਂ ਕਵਰ ਕਰਾਂਗੇ। ਤਾਂ ਚਲੋ ਵੀਡੀਓ ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾ ਕੁਐਸਚਨ ਹੈਗਾ ਦਾ ਇੰਸੂਲੇਸ਼ਨ ਰੈਜ਼ਿਸਟੈਂਸ ਆਫ ਏ ਕੇਬਲ ਇਜ਼ ਗਿਵਨ ਐਜ਼ 1 MΩ ਇਫ ਦਾ ਲੈਂਥ ਇਜ਼ 10 km। 10 km ਦੀ ਲੈਂਥ ਵਾਸਤੇ ਜਿਹੜੀ ਇੰਸੂਲੇਸ਼ਨ ਰੈਜ਼ਿਸਟੈਂਸ ਹੈਗੀ ਇਹ ਜਿਹੜੀ ਦਿੱਤੀ ਹੋਈ ਹੈਗੀ ਇਹ 1 MΩ ਦਿੱਤੀ ਹੋਈ ਹੈਗੀ। ਅਤੇ ਇਫ ਦਾ ਨਿਊ ਲੈਂਥ ਇਜ਼ ਇੰਕਰੀਜ਼ਡ ਬਾਏ 10 ਟਾਈਮਸ, ਦੇਖੋ ਪਹਿਲਾਂ 10 ਕਿਲੋਮੀਟਰ ਸੀ ਹੁਣ ਇਹ 100 ਕਿਲੋਮੀਟਰ ਹੋ ਗਈ। ਜੇ ਆਪਾਂ 10 ਕਿਲੋਮੀਟਰ ਮਤਲਬ 10 ਗੁਣਾ ਵਧਾ ਦਾਂਗੇ ਆਪਾਂ ਲੈਂਥ ਨੂੰ ਤਾਂ ਰੈਜ਼ਿਸਟੈਂਸ ਦੇ ਉੱਪਰ ਕੀ ਫਰਕ ਪਏਗਾ? ਦੇਖੋ ਇੱਥੇ ਛੋਟਾ ਜਿਹਾ ਇੱਕ ਕੰਸੈਪਟ ਆ। ਵੈਸੇ ਬੇਸਿਕਲੀ ਆਪਾਂ ਮੰਨਦੇ ਹਾਂ ਕਿ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਦੈਟ ਇਜ਼ ਰੋ ਐਲ ਅਪੋਨ ਏ। ਐਸਾ ਸਾਫ਼ ਦਿਖ ਰਿਹਾ ਵੀ ਲੈਂਥ ਦੇ ਵਧਣ ਦੇ ਨਾਲ, ਜੇ ਆਪਾਂ ਲੈਂਥ ਵਧਾ ਏਰੀਆ ਦੀ ਕੋਈ ਗੱਲ ਨਹੀਂ ਕੀਤੀ ਹੈਗੀ, ਲੈਂਥ ਦੇ ਵਧਣ ਦੇ ਨਾਲ ਸਾਡੀ ਜਿਹੜੀ ਰੈਜ਼ਿਸਟੈਂਸ ਹੈ ਵਧਣੀ ਚਾਹੀਦੀ ਆ। ਬਟ ਫਰੈਂਡਸ ਇੱਥੇ ਧਿਆਨ ਰੱਖਣਾ ਕਿ ਜਿਹੜਾ ਇਹ ਫਾਰਮੂਲਾ ਗਾ ਇਹ ਸਿਰਫ ਉਸ ਵੇਲੇ ਐਪਲੀਕੇਬਲ ਹੈਗਾ ਵੈਨ ਜਦੋਂ ਪੁੱਛਦਾ ਗਾ ਤੁਹਾਤੋਂ ਕਿ ਕੰਡਕਟਰ ਦੀ ਰੈਜ਼ਿਸਟੈਂਸ ਕਿੰਨੀ ਆ, ਇੱਕ ਕੰਡਕਟਰ ਦੀ ਰੈਜ਼ਿਸਟੈਂਸ ਕਿੰਨੀ ਹੈਗੀ। ਇੱਕ ਕੰਡਕਟਰ ਮੰਨ ਲਓ ਆਪਣੇ ਕੋਲ ਕੋਈ ਵੀ ਕੰਡਕਟਰ ਹੁੰਦਾ, ਉਹਦੇ ਉੱਪਰਲੇ ਪਾਸੇ ਇੱਕ ਹੁੰਦੀ ਹੈ ਇੰਸੂਲੇਸ਼ਨ, ਇੱਦਾਂ ਕੰਡਕਟਰ ਵਾਸਤੇ ਇਹ ਫਾਰਮੂਲਾ ਵੈਲਿਡ ਆ। ਬਟ ਇੱਥੇ ਕੀ ਲਿਖਿਆ ਹੈ? ਇੰਸੂਲੇਸ਼ਨ ਰੈਜ਼ਿਸਟੈਂਸ ਆਫ ਕੇਬਲ। ਇੰਸੂਲੇਸ਼ਨ ਰੈਜ਼ਿਸਟੈਂਸ ਦੇ ਵਿੱਚ ਇਹ ਫਾਰਮੂਲਾ ਜਿਹੜਾ ਹੁੰਦਾ ਹੈਗਾ ਉਹ ਰੈਸੀਪ੍ਰੋਕਲ ਹੋ ਜਾਂਦਾ ਹੈਗਾ। ਜਿਹੜੀ ਇੰਸੂਲੇਸ਼ਨ ਰੈਜ਼ਿਸਟੈਂਸ ਹੁੰਦੀ ਹੈਗੀ ਦੈਟ ਇਜ਼ ਰੋ ਏ ਅਪੋਨ ਐਲ, ਮੀਨਸ ਏਰੀ ਜਿੰਨੀ ਆਪਾਂ ਲੈਂਥ ਵਧਾਈ ਜਾਵਾਂਗੇ ਕਿਸੇ ਕੇਬਲ ਦੀ ਓਨੀ ਉਹਦੀ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਘਟੀ ਜਾਏਗੀ, ਇੰਸੂਲੇਸ਼ਨ ਰੈਜ਼ਿਸਟੈਂਸ ਆ ਜਿਹੜੀ ਉਹ ਘਟੀ ਜਾਏਗੀ। ਜਦਕਿ ਇੱਕ ਕੰਡਕਟਰ ਦੇ ਕੇਸ ਦੇ ਵਿੱਚ ਕੀ ਹੁੰਦਾ, ਲੈਂਥ ਦੇ ਵਧਾਉਣ ਦੇ ਨਾਲ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਵੱਧਦੀ ਹੁੰਦੀ ਆ। ਸੋ ਇੱਥੇ ਫਾਰਮੂਲਾ ਲੱਗੇਗਾ ਇੰਸੂਲੇਸ਼ਨ ਰੈਜ਼ਿਸਟੈਂਸ ਦਾ, ਜਿਹੜਾ ਕਿ ਰੈਸੀਪ੍ਰੋਕਲ ਹੁੰਦਾ ਸਾਡੇ ਕੰਡਕਟਰ ਦੀ ਰੈਜ਼ਿਸਟੈਂਸ ਦੇ ਉੱਪਰ। ਸੋ ਇੱਥੇ ਕੀ ਹੋਏਗਾ? ਲੈਂਥ ਸਾਡੀ 10 ਗੁਣਾ ਵਧੀ ਆ, ਇਟ ਮੀਨਸ ਸਾਡੀ ਜਿਹੜੀ ਸਾਡੀ ਰੈਜ਼ਿਸਟੈਂਸ ਹੈਗੀ ਇੰਸੂਲੇਸ਼ਨ ਰੈਜ਼ਿਸਟੈਂਸ ਹੈਗੀ ਉਹ 10 ਗੁਣਾ ਘਟੇਗੀ। ਆਂਸਰ ਤੁਹਾਡਾ 10 ਗੁਣਾ ਘਟਾ ਦਿਓ, 1 MΩ ਆਂਸਰ ਆਏਗਾ, ਇਹ ਆਂਸਰ ਹੈਗਾ। ਪੁੱਛ ਰਿਹਾ 2 ਵਾਇਰਸ ਏ ਐਂਡ ਬੀ ਆਫ ਸੇਮ ਮਟੀਰੀਅਲ, ਲੈਂਥ ਇਜ਼ ਐਲ ਐਂਡ 2L, ਰੇਡੀਅਸ ਇਜ਼ ਆਰ ਐਂਡ 2R। ਦੋ ਵਾਇਰਸ ਨੇਗੀਆਂ, ਵਾਇਰ ਏ ਐਂਡ ਬੀ, ਏ ਵਾਇਰ ਦੀ ਜਿਹੜੀ ਲੈਂਥ ਹੈਗੀ ਦੈਟ ਇਜ਼ ਐਲ, ਅਤੇ ਜਿਹੜੀ ਇਹਦੀ ਲੈਂਥ ਹੈ ਦੈਟ ਇਜ਼ 2L। ਏਰੀਆ ਵੈਸੇ ਆਪਾਂ ਨੂੰ ਪੁੱਛ ਰਿਹਾ ਹੈਗਾ ਰੇਸ਼ੋ ਆਫ ਸਪੈਸੀਫਿਕ ਰਜਿਸਟਿਵਿਟੀ। ਦੇਖੋ ਜਿਹੜੀ ਸਪੈਸੀਫਿਕ ਰਜਿਸਟਿਵਿਟੀ ਹੁੰਦੀ ਹੈ ਕੀ ਹੁੰਦੀ ਹੈਗੀ? ਸਪੈਸੀਫਿਕ ਰਜਿਸਟਿਵਿਟੀ ਦੇ ਰਜਿਸਟੈਂਸ ਦੇ ਵਿੱਚ ਡਿਫਰੈਂਸ ਆ ਉਹ ਇਹ ਹੈਗਾ ਕਿ ਰਜਿਸਟੈਂਸ ਜਿਹੜੀ ਹੁੰਦੀ ਹੈਗੀ ਦੈਟ ਇਜ਼ ਰੋ ਐਲ ਅਪੋਨ ਏ। ਰਜਿਸਟੈਂਸ ਡਿਪੈਂਡ ਕਰਦੀ ਹੈਗੀ ਡਿਮੈਂਸ਼ਨ ਦੇ ਉੱਪਰ, ਲੈਂਥ ਦੇ ਉੱਪਰ ਅਤੇ ਏਰੀਏ ਦੇ ਉੱਪਰ, ਬਟ ਨਾਲ ਹੀ ਉਹ ਡਿਪੈਂਡ ਕਰਦੀ ਹੈਗੀ ਸਪੈਸੀਫਿਕ ਰਜਿਸਟਿਵਿਟੀ, ਜਿਹੜਾ ਮਟੀਰੀਅਲ ਹੈਗਾ ਉਹਦੀ ਕੰਪੋਜੀਸ਼ਨ ਕੀ ਹੈਗਾ, ਕੰਪੋਜੀਸ਼ਨ ਉਹਦੀ ਕੀ ਹੈਗੀ, ਉਹ ਕਿਸ ਮਟੀਰੀਅਲ ਦਾ ਬਣਿਆ ਹੋਇਆ, ਕੀ ਉਹ ਮੈਟਲ ਦਾ ਬਣਿਆ ਹੋਇਆ, ਨੋਨ ਮੈਟਲ ਦਾ ਬਣਿਆ ਹੋਇਆ, ਤਾਂ ਉਹਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈਗੀ ਸਪੈਸੀਫਿਕ ਰਜਿਸਟਿਵਿਟੀ। ਤਾਂ ਜੇ ਆਪਾਂ ਇਹਨੂੰ ਰਜਿਸਟਰਾਂ ਦੇ ਹਿਸਾਬ ਨਾਲ ਕੱਢਾਂਗੇ ਤਾਂ ਆਂਸਰ ਕੁਝ ਹੋਰ ਬਣੂਗਾ, ਬਟ ਹਮੇਸ਼ਾ ਆਪਾਂ ਜਦੋਂ ਉਹਨੇ ਸਪੈਸੀਫਿਕ ਰਜਿਸਟਿਵਿਟੀ ਦੀ ਰੇਸ਼ੋ ਪੁੱਛ ਰਹੀ ਹੈਗੀ ਤਾਂ ਸਿਰਫ ਆਪਾਂ ਚੈੱਕ ਕਰਨਾ ਕਿ ਦੋਨੇ ਜਿਹੜੇ ਲੈਂਥ ਜਿਹੜੀ ਦੋਨੇ ਵਾਇਰਸ ਨੇਗੀਆਂ ਉਹਨਾਂ ਦਾ ਮਟੀਰੀਅਲ ਸੇਮ ਆ, ਜੇ ਉਹਨੇ ਲਿਖਿਆ ਸੇਮ ਮਟੀਰੀਅਲ ਤਾਂ ਸਪੈਸੀਫਿਕ ਰਜਿਸਟਿਵਿਟੀ ਅੱਖਾਂ ਵਿੱਚ ਕੇ 1:1 ਆਂਸਰ ਆਏਗਾ। ਨੈਕਸਟ ਕੁਐਸਚਨ ਜੇ ਬੀ ਗੁਪਤਾ ਦੇ ਵਿੱਚ ਹੀ ਹੈਗਾ। ਇਹਦੇ ਵਿੱਚ ਕੁਐਸਚਨ ਦੇਖੋ ਕੀ ਹੈਗਾ, 4 ਰਜਿਸਟੈਂਸਿਸ ਜਿਹੜੀਆਂ ਆਪਸ ਦੇ ਵਿੱਚ ਸੀਰੀਜ਼ 'ਚ ਲੱਗੀਆਂ ਹੋਣਗੀਆਂ 250 ਵੋਲਟ ਦੇ ਵੋਲਟੇਜ ਸੋਰਸ ਦੇ ਨਾਲ। R3 ਨੂੰ ਕਹਿੰਦਾ ਇਫ R3 ਇਜ਼ ਓਪਨ ਸਰਕਟਡ ਦਾ ਵੋਲਟ ਮੀਟਰ ਰੀਡਸ, ਜੇ ਆਪਾਂ R3 ਨੂੰ ਓਪਨ ਸਰਕਟ ਕਰ ਦਈਏ ਤਾਂ ਵੋਲਟ ਮੀਟਰ ਕੀ ਪੜੂਗਾ? ਇਸ ਤੋਂ ਪਹਿਲਾਂ ਬੇਸਿਕ ਆਪਾਂ ਕਰ ਲੈਂਦੇ ਹਾਂਗੇ, ਇਹ ਥੋੜ੍ਹਾ ਜਿਹਾ ਐਡਵਾਂਸ ਲੈਵਲ ਦਾ ਕੁਐਸਚਨ ਹੈਗਾ। ਸਿਰਫ ਇਹ ਦੇਖੋ ਜੇ ਆਪਾਂ ਇਹਨੂੰ ਓਪਨ ਸਰਕਟ ਨਾ ਕੀਤਾ ਹੁੰਦਾ, ਇੱਥੋਂ R3 ਨੂੰ ਆਪਾਂ ਨਾ ਹਟਾਇਆ ਹੁੰਦਾ, ਇੱਦਾਂ ਹੀ ਆਪਾਂ ਇੱਕ ਵੋਲਟ ਮੀਟਰ ਲਾਉਂਦੇ ਤਾਂ ਇਹਦਾ ਆਂਸਰ ਕੀ ਆਉਣਾ ਸੀਗਾ? ਦੇਖੋ ਇਹਦਾ ਆਂਸਰ ਸਿੰਪਲ ਆਉਣਾ ਸੀਗਾ, 250 ਆ ਨਾ ਤੁਹਾਡੇ ਕੋਲ, ਤਾਂ 250 ਵੋਲਟ ਨੂੰ ਆਪਾਂ ਡਿਵਾਈਡ ਕਰਨਾ ਸੀ ਟੋਟਲ ਰਜਿਸਟੈਂਸ ਨਾਲ, 1, 2, 3, 4, 40 ਨਾਲ। ਇੱਥੋਂ ਜਿਹੜਾ ਤੁਹਾਡੇ ਕੋਲ ਆ ਗਿਆ 25/4 ਸਾਡਾ ਕੀ ਆ ਗਿਆ, ਕਰੰਟ ਆ ਗਿਆ, ਕਿਉਂਕਿ ਆਪਾਂ ਨੂੰ ਪਤਾ ਜਿਹੜਾ ਕਰੰਟ ਹੁੰਦਾ ਦੈਟ ਇਜ਼ V/R, ਟੋਟਲ ਵੋਲਟੇਜ ਡਿਵਾਈਡ ਬਾਈ ਟੋਟਲ ਰਜਿਸਟੈਂਸ, ਆਪਣੇ ਕੋਲ ਕਰੰਟ ਆ ਗਿਆ 25/4। ਇਸ 25/4 ਨੂੰ ਆਪਾਂ ਗੁਣਾ ਕਰਨਾ ਸੀਗਾ 10 ਨਾਲ ਤਾਂ ਸਾਡੇ ਕੋਲ ਜਿਹੜਾ ਆਂਸਰ ਆ ਜਾਣਾ ਸੀਗਾ 2.5, ਇੱਥੋਂ ਲਗਭਗ ਇਹ ਆਉਣਾ ਸੀ 65 ਵਾਟ ਵੋਲਟ। ਸਾਡਾ R3 ਦੇ ਕਰੋਸ ਜਿਹੜੀ ਵੋਲਟੇਜ ਸੋਰਸ ਵੋਲਟੇਜ ਮੀਟਰ ਨੇ ਜਿਹੜੀ ਵੋਲਟੇਜ ਪੜ੍ਹਨੀ ਸੀ ਉਹ 62.5 ਵੋਲਟੇਜ ਪੜ੍ਹਨੀ ਸੀ, ਬਟ ਹੁਣ ਇਹਨੇ ਕੁਐਸਚਨ ਇਹ ਨਹੀਂ ਪੁੱਛਿਆ ਹੈਗਾ।
ਇਹਨੇ ਕੁਐਸਚਨ ਪੁੱਛਿਆ ਜੇ ਆਰ ਥ੍ਰੀ ਨੂੰ ਓਪਨ ਕਰ ਦਈਏ ਮਤਲਬ ਇੱਥੋਂ ਇਹਨੂੰ ਹਟਾ ਦਈਏ ਠੀਕ ਹੈ ਜੀ ਤਾਂ ਇਸ ਵੇਲੇ ਕੀ ਹੋਏਗਾ ਦੇਖੋ ਧਿਆਨ ਦੇਣ ਯੋਗ ਗੱਲ ਇਹਦੇ ਵਿੱਚ ਇਹ ਹੈ ਕੁਛ ਸੋਚਣਗੇ ਕਿ ਜੇ ਇਹ ਓਪਨ ਹੋ ਗਿਆ ਤਾਂ ਜੀ ਪੈਰਲਲ ਦੇ ਵਿੱਚ ਲੱਗਦਾ ਹੁੰਦਾ ਪਰ ਇੱਥੇ ਇਹ ਸੀਰੀ 'ਚ ਸਾਨੂੰ ਦਿਖ ਰਿਹਾ ਹੈਗਾ ਤਾਂ ਕਰਕੇ ਇਹਨੇ ਰੀਡਿੰਗ ਨਹੀਂ ਲੈਣੀ ਹੈਗੀ ਇੱਥੇ ਇੱਦਾਂ ਦਾ ਕੁਛ ਨਹੀਂ ਆ ਇੱਥੇ ਜਿਹੜਾ ਵੋਲਟਮੀਟਰ ਹੁੰਦਾ ਸਾਨੂੰ ਇਹਦੇ ਬਾਰੇ ਪਤਾ ਕਿ ਵੋਲਟਮੀਟਰ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ ਦੈਟ ਇਜ਼ ਵੈਰੀ ਵੈਰੀ ਹਾਈ ਵੈਰੀ ਹਾਈ ਜੇ ਇੰਟਰਨਲ ਰੈਜ਼ਿਸਟੈਂਸ ਇਹਦੀ ਬਹੁਤ ਜ਼ਿਆਦਾ ਹਾਈ ਆ ਇਟ ਮੀਨਸ ਇਸ ਪੂਰੇ ਸਰਕਟ ਦੇ ਵਿੱਚ 250 ਵੋਲਟ ਦੀ ਜਿਹੜੀ ਵੋਲਟੇਜ ਸੋਰਸ ਲੱਗਿਆ ਇਹ ਪੂਰੇ ਸਰਕਟ ਦੇ ਵਿੱਚ ਇੱਥੇ ਜਿਹੜਾ ਕਰੰਟ ਜਾ ਰਿਹਾ ਹੈਗਾ ਕਰੰਟ ਜ਼ੀਰੋ ਜਾ ਰਿਹਾ ਹੈਗਾ ਜਦੋਂ ਵੋਲਟਮੀਟਰ ਨੂੰ ਆਪਾਂ ਇਸ ਪੋਜੀਸ਼ਨ ਦੇ ਵਿੱਚ ਲਗਾ ਦਿੰਦੇ ਹਾਂਗੇ ਉਦੋਂ ਜਿਹੜਾ ਕਰੰਟ ਫਲੋ ਹੁੰਦਾ ਹੁੰਦਾ ਇਸ ਪੂਰੇ ਸਰਕਟ ਦੇ ਵਿੱਚ ਜ਼ੀਰੋ ਕਰੰਟ ਹੋ ਗਿਆ ਅਤੇ ਜੇ ਇੱਥੇ ਜ਼ੀਰੋ ਕਰੰਟ ਹੋ ਗਿਆ ਤਾਂ ਉਸ ਵੇਲੇ ਆਪਣੇ ਕੋਲ ਜਿਹੜਾ ਇੱਥੇ ਅਕਰੋਸ ਜੇ ਆਪਾਂ ਇਹਦੇ ਅਕਰੋਸ ਵੋਲਟੇਜ ਸੋਰਸ ਦੇ ਇਹਦੇ ਅਕਰੋਸ ਰੈਜ਼ਿਸਟੈਂਸ ਆਰ ਵਨ ਦੇ ਅਕਰੋਸ ਡਰੋਪ ਕੱਢੀਏ ਕਿ ਕਿੰਨਾ ਡਰੋਪ ਹੋ ਰਿਹਾ ਦੇਖੋ 250 ਦੇ ਵਿੱਚੋਂ ਜਿੰਨਾ ਡਰੋਪ ਇੱਥੇ ਹੋ ਗਿਆ ਪਲੱਸ ਜਿੰਨਾ ਡਰੋਪ ਇੱਥੇ ਹੋ ਗਿਆ ਇਹਨਾਂ 250 ਦੇ ਵਿੱਚ 2 ਵੋਲਟੇਜ ਡਰੋਪ ਮਾਈਨਸ ਕਰਾਂਗੇ ਉਹੀ ਆਪਣਾ ਆਨਸਰ ਆਏਗਾ ਨਾ ਪਰ ਇੱਥੇ ਦੇਖੋ ਕੀ ਹੋ ਰਿਹਾਗਾ ਕਰੰਟ ਜਿਹੜਾ ਜਾ ਰਿਹਾ ਜ਼ੀਰੋ ਜਾ ਰਿਹਾ ਕਿਉਂਕਿ ਇਹਦੀ ਇੰਟਰਨਲ ਰੈਜ਼ਿਸਟੈਂਸ ਜਿਹੜੀ ਉਹ ਵੈਰੀ ਵੈਰੀ ਹਾਈ ਹੈ ਜਿਹਦੇ ਕਰਕੇ ਕਰੰਟ ਨਹੀਂ ਫਲੋ ਹੋ ਰਿਹਾ ਮਿਲੀ ਐਂਪੀਅਰ ਦੇ ਵਿੱਚ ਹੋਏਗਾ ਚਲੋ ਉਹ ਕਰੰਟ ਨੂੰ ਆਪਾਂ ਜ਼ੀਰੋ ਕਰੰਟ 10 ਨਾ ਕਰਾਂਗੇ ਤੇ ਇੱਥੇ ਵੋਲਟੇਜ ਇਹਦੇ ਕ੍ਰਾਸ R1 ਦੇ ਕ੍ਰਾਸ ਵੋਲਟੇਜ ਜਿਹੜਾ ਡਰੋਪ ਹੋਊਗਾ ਜ਼ੀਰੋ ਇੱਥੇ ਵੋਲਟੇਜ ਡਰੋਪ ਜ਼ੀਰੋ ਇੱਥੇ ਵੋਲਟੇਜ ਡਰੋਪ ਜ਼ੀਰੋ ਤੇਰਾ ਮਤਲਬ ਕੀ ਹੈਗਾ ਇਹ ਸਿੱਧਾ ਜਿਹੜਾ ਵੋਲਟਮੀਟਰ ਹੈ ਤੁਹਾਡਾ ਕਿੱਥੇ ਜੁੜਿਆ ਹੋਇਆ ਪੋਜ਼ਿਟਿਵ ਟਰਮੀਨਲ ਨਾਲ ਜੁੜਿਆ ਹੋਇਆ ਜਿਹੜੇ ਆਹ ਪੂਰੇ ਸਰਕਟ ਦੇ ਵਿੱਚ ਕੋਈ ਵੀ ਵੋਲਟੇਜ ਡਰੋਪ ਨਹੀਂ ਹੈਗਾ ਮਤਲਬ ਇੱਕ ਸਿੰਪਲ ਤਾਰ ਹੈਗੀ ਜਿਹੜੀ ਕਿ ਤੁਹਾਡੇ 250 ਵੋਲਟ ਨਾਲ ਜੁੜੀ ਹੋਈ ਹੈ ਤਾਂ ਇਟ ਮੀਨਸ ਇਸ ਕੇਸ ਦੇ ਵਿੱਚ ਜਿਹੜਾ ਇਹ ਓਪਨ ਸਰਕਟ ਹੋਇਆ ਹੋਇਆ ਓਪਨ ਸਰਕਟ ਓਪਨ ਸਰਕਟ ਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਹੈਗੀ ਵੋਲਟਮੀਟਰ ਉਹੀ ਪੜਦਾ ਜਿਹੜੀ ਟੋਟਲ ਵੋਲਟੇਜ ਹੁੰਦੀ ਹੈ ਤਾਂ ਇਹਦਾ ਆਨਸਰ ਅਸਲ ਦੇ ਵਿੱਚ 250 ਵੋਲਟ ਆਨਸਰ ਹੈਗਾ ਜੀ ਇਹਦਾ ਮੰਨ ਲਓ ਇੱਥੇ ਕਿਹਾ 10 ਵੋਲਟ ਦਾ ਇਸੇ ਡਾਇਗ੍ਰਾਮ ਨੂੰ ਮੈਂ ਦੂਸਰੇ ਰੋਡ ਬਣਾ ਕੇ ਦਿਖਾ ਮੰਨ ਲਓ ਆਹ ਇੱਕ ਰੈਜ਼ਿਸਟੈਂਸ ਆ ਆਹ ਇੱਕ ਰੈਜ਼ਿਸਟੈਂਸ ਹੈਗੀ ਅਤੇ ਜੇ ਆਪਾਂ ਨੂੰ ਕਦੇ ਵੀ ਓਪਨ ਸਰਕਟ ਦੇ ਉੱਪਰ ਇੱਥੇ ਵੀ ਇਹ ਓਪਨ ਸਰਕਟ ਆ ਇੱਥੇ ਵੋਲਟੇਜ ਦੱਸੋ ਜੀ ਕਿੰਨੀ ਹੈ ਇੱਥੇ ਮੰਨ ਲਓ ਹੈਗਾ 2 ਓਮ 3 ਓਮ ਇੱਥੇ 10 ਵੋਲਟ ਤਾਂ ਸਾਨੂੰ ਇੱਥੇ ਕੋਈ ਵੋਲਟੇਜ ਪੁੱਛੇਗਾ ਤਾਂ ਵੋਲਟੇਜ ਆਪਾਂ ਕਿੰਨੀ ਕਵਾਂਗੇ 10 ਵੋਲਟ ਹੀ ਕਵਾਂਗੇ ਨਾ ਓਪਨ ਸਰਕਟ ਦੀ ਵੋਲਟੇਜ 10 ਵੋਲਟ ਹੁੰਦੀ ਹੈ ਕਿਉਂਕਿ ਇੱਥੇ ਡਰੋਪ ਨਹੀਂ ਹੁੰਦਾ ਤਾਂ ਅਸਲ ਦੇ ਵਿੱਚ ਜਿਹੜਾ ਉੱਪਰਲਾ ਕੁਐਸਚਨ ਸੀਗਾ ਨਾ ਇਹ ਇਦਾਂ ਦਾ ਕੁਐਸਚਨ ਸੀਗਾ ਰੈਜ਼ਿਸਟੈਂਸ ਦੀ ਵੈਲਿਊ ਚਲੋ ਮੈਂ ਇੱਥੇ ਚੇਂਜ ਕੀਤੀ ਹੈਗੀ ਤਾਂ ਕਨਸੈਪਟ ਦੱਸ ਰਿਹਾ ਵੀ ਇਸ ਵੇਲੇ 10 ਵੋਲਟ ਹੀ ਆ ਰਹੀ ਹੈ ਇੱਥੇ ਉੱਪਰ ਸਰਕਟ ਦੀ ਵੋਲਟੇਜ 10 ਵੋਲਟ ਹੀ ਆ ਰਹੀ ਹੈ ਇੱਥੇ ਤਾਂ ਸੇਮ ਕੁਐਸਚਨ ਸੀਗਾ ਸਾਡਾ 250 ਵੋਲਟ ਵਾਲਾ ਠੀਕ ਹੈ ਜੀ ਨੈਕਸਟ ਕੁਐਸਚਨ ਇਸ ਕੁਐਸਚਨ ਦੇ ਵਿੱਚ ਉਹ ਕਹਿ ਰਿਹਾ ਹੈਗਾ 1000 ਵਾਟ ਹੀਟਰ ਇਜ਼ ਕਨੈਕਟਡ ਇਨ ਸੀਰੀਜ਼ ਵਿਦ ਦੇ 60 ਵਾਟ ਬਲਬ ਇਫ 60 ਵਾਟ ਇਜ਼ ਰਿਪਲੇਸਡ ਬਾਈ 20 ਵਾਟ ਦਾ ਆਊਟਪੁੱਟ ਆਫ ਹੀਟਰ ਇਜ਼ ਦੇਖੋ ਪਹਿਲਾਂ ਇਹ ਕੁਐਸਚਨ ਨੂੰ ਧਿਆਨ ਨਾਲ ਸਮਝਦੇ ਹਾਂਗੇ 220 ਵੋਲਟ ਦੇ ਕ੍ਰੋਸ ਇੱਕ 60 ਵਾਟ ਦਾ ਬਲਬ ਸੀਰੀ ਦੇ ਵਿੱਚ ਲੱਗਿਆ ਹੋਇਆ ਹੈਗਾ ਹੀਟਰ ਦੇ ਜਿਹੜਾ ਹੀਟਰ ਹੈਗਾ ਤੁਹਾਡਾ ਉਹ ਹੀਟ ਪੈਦਾ ਕਰ ਰਿਹਾ ਹੈਗਾ 1000 ਵਾਟ ਦਾ ਹੀਟਰ ਹੈਗਾ ਇਹ ਜਦੋਂ ਕਹਿੰਦਾ ਇਹ ਬਲਬ ਨੂੰ ਆਪਾਂ ਰਿਪਲੇਸ ਕਰ ਦਾਂਗੇ 20 ਵਾਟ ਨਾਲ ਤਾਂ ਕੀ ਇਹਦੇ ਵਿੱਚ ਅਸਰ ਪਊਗਾ ਇੱਥੇ ਅਸੀਂ ਦੇਖਣਾ ਹੈਗਾ ਇਹ ਹੀਟਰ ਦੀ ਹੀਟ ਤਾਂ ਇਨਕਰੀਜ਼ ਹੋਏਗੀ ਜੇ ਇਹ ਸਰਕਟ ਦੇ ਵਿੱਚ ਪਹਿਲਾਂ ਨਾਲੋਂ ਕਰੰਟ ਵਧੇਗਾ ਅਤੇ ਜੇ ਪਹਿਲਾਂ ਨਾਲੋਂ ਕਰੰਟ 20 ਵਾਟ ਲਗਾਉਣ ਦੇ ਨਾਲ ਜੇ ਕਰੰਟ ਘਟਿਆ ਤਾਂ ਇਹ ਹੀਟਰ ਦੀ ਜਿਹੜੀ ਹੀਟ ਹੁੰਦੀ ਹੈਗੀ ਉਹ ਤੁਹਾਡੀ ਹੀਟ ਜਿਹੜੀ ਘੱਟ ਜਾਏਗੀ ਕਿਉਂਕਿ ਜਿਹੜੀ ਹੀਟਰ ਦੀ ਹੀਟ ਹੁੰਦੀ ਹੈਗੀ ਹੀਟ ਪੈਦਾ ਕਰਦੀ ਹੈ ਕਿਤੇ ਵੀ ਆਪਾਂ ਉਹ ਡਿਪੈਂਡ ਕਰਦਾ ਹੈਗਾ ਆਪਣਾ I² RT ਆ ਤਾਂ ਟਾਈਮ ਹੁੰਦਾ ਚਲੋ ਜਿਹਨੂੰ ਆਪਾਂ ਮੰਨ ਲਈਏ ਚਲੋ ਫਿਕਸ ਤਾਂ ਮੇਨਲੀ ਜਿਹੜਾ ਕਰੰਟ 'ਤੇ ਡਿਪੈਂਡ ਕਰਦੀ ਹੁੰਦੀ ਹੈ ਕਿੰਨੀ ਹੀਟ ਹੈਗੀ ਓਕੇ ਜੀ ਸਰਕਟ ਦੇ ਵਿੱਚ ਜੇ ਕਰੰਟ ਵਧਿਆ ਤਾਂ ਵਧੇਗੀ ਜੇ ਘਟਿਆ ਤਾਂ ਘਟੇਗੀ ਹੁਣ ਇਹ ਕਿੱਥੋਂ ਪਤਾ ਲੱਗੇਗਾ ਬਲਬ ਦੇ ਕ੍ਰੋਸ ਬਲਬ ਤੋਂ ਪਤਾ ਲੱਗੇਗੀ ਬਲਬ ਦੀ ਰੈਜ਼ਿਸਟੈਂਸ ਕੀ ਹੋਏਗੀ ਦੇਖੋ ਆਪਾਂ ਨੂੰ ਪਤਾ ਜਿਹੜਾ ਫਾਰਮੂਲਾ ਹੁੰਦਾ ਇੱਕ ਪਾਵਰ ਦਾ ਦੈਟ ਇਜ਼ V² / R ਅਤੇ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਇੱਥੋਂ ਫਾਰਮੂਲਾ ਬਣ ਗਿਆ ਇਹ ਉੱਪਰ ਲੈ ਜਾਓ ਆਪਾਂ V² / P ਤਾਂ ਇੱਕ ਜੇ ਦੋਨੇ ਬਲਬਾਂ ਦੇ ਵਿੱਚ ਉਹਨੇ ਵੋਲਟੇਜ ਦਿੱਤੀ ਇਟ ਮੀਨਸ ਕੋਂਸਟੈਂਟ ਵੋਲਟੇਜ ਹੈਗੀ ਦੋਨੇ ਬਲਬ 220 ਵੋਲਟ 'ਤੇ ਚੱਲਦੇ ਪਏ ਨੇ ਓਕੇ ਤਾਂ ਇੱਥੋਂ ਪਤਾ ਲੱਗ ਰਿਹਾ ਵੀ ਜਿਹੜਾ ਦੋਨਾਂ ਵਾਸਤੇ ਆਪਾਂ ਲਿਖਾਂਗੇ 220 × 220 ਡਿਵਾਈਡ ਬਾਏ ਪਹਿਲਾਂ ਆਪਾਂ ਲਿਖ ਰਹੇ ਸੀਗੇ 60 ਹੁਣ ਆਪਾਂ ਲਿਖ ਰਹੇ ਹਾਂ 220 × 220 ਡਿਵਾਈਡ ਬਾਏ 20 ਤਾਂ ਇੱਥੋਂ ਸਾਫ ਸਾਫ ਪਤਾ ਲੱਗ ਰਿਹਾ ਕਿ ਜਿਹਦੀ ਆ ਦੇਖੋ ਨੀਚੇ ਵਾਲੇ ਜਿਹੜਾ ਡਿਨੋਮੀਨੇਟਰ ਆ ਇੱਥੇ ਛੋਟਾ ਹੈਗਾ ਤਾਂ ਇਹਦੀ ਜਿਹੜੀ ਰੈਜ਼ਿਸਟੈਂਸ ਬਣੇਗੀ ਉਹ ਵੱਡੀ ਬਣੇਗੀ ਤਾਂ ਇੱਥੋਂ ਅਸੀਂ ਇਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਕਿਸੇ ਵੀ ਬਲਬ ਦੀ ਰੈਜ਼ਿਸਟੈਂਸ ਹੁੰਦੀ ਹੈ ਜੇ ਦੋਨੇ ਬਲਬਾਂ ਦੀ ਜਿਹੜੀ ਵੋਲਟੇਜ ਆਪਾਂ ਉਹ ਸੇਮ ਮੰਨੀਏ ਤਾਂ ਉਸ ਬਲਬ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ ਉਹ ਓਨੀ ਵੱਡੀ ਹੁੰਦੀ ਹੈ ਜਿੰਨੀ ਉਹਦੀ ਵਾਟੇਜ ਛੋਟੀ ਹੁੰਦੀ ਹੈ ਕਿਉਂਕਿ ਜਿਹੜੀ ਵਾਟ ਆ ਰਹੀ ਹੈਗੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਦੈਟ ਇਜ਼ V² / P ਜਿੰਨੀ ਪਾਵਰ ਹੈਗੀ ਜਿਹੜੀ ਉਹ ਛੋਟੀ ਹੈਗੀ ਪਾਵਰ ਜਿੰਨੀ ਛੋਟੀ ਹੋਏਗੀ ਰੈਜ਼ਿਸਟੈਂਸ ਓਨੀ ਵੱਧ ਹੋਏਗੀ ਤਾਂ ਸੀਰੀਜ਼ ਦੇ ਕੇਸ ਦੇ ਵਿੱਚ ਇਸ ਬਲਬ ਜਦੋਂ ਆਪਾਂ ਇਹ 20 ਵਾਟ ਦਾ ਲਗਾਇਆ ਇਹ 20 ਵਾਟ ਦਾ ਬਲਬ ਲਗਾਉਣ ਦੇ ਨਾਲ ਸਾਨੂੰ ਇੱਥੇ ਵੱਧ ਰੈਜ਼ਿਸਟੈਂਸ ਸੀਰੀ ਦੇ ਵਿੱਚ ਲੱਗ ਗਈ ਜਦੋਂ ਵੱਧ ਰੈਜ਼ਿਸਟੈਂਸ ਸੀਰੀ ਦੇ ਵਿੱਚ ਲੱਗ ਗਈ ਤਾਂ 220 ਵੋਲਟ ਦਾ
ज्यादा वोल्टेज ड्रॉप ए क्रॉस होगा क्योंकि करंट सेम है वोल्टेज ड्रॉप होंगे गा आई गुणा आर तो रजिस्टेंस इतने बद गई पहला ना रजिस्टेंस बदन करके बद ड्रॉप ए क्रॉस होने लग गया जब कह लो भी टोटल सर्कट की रजिस्टेंस जी है बद गई जिदे करके जो करंट है वह घट जा लग गया तो ये करंट जो घट जाएगा तो हीट है जी घट पैदा होगी आउटपुट ऑफ हीटर विल डिक्रीज जे बल्ब तुहाडा कदे भी बड़ी रेटिंग का लगावे तो आउटपुट वधदी हुंदी है जे छोटी रेटिंग का बल्ब लगा देवे सीरीज़ दे विच तो आउटपुट रेटिंग जी होंगी है घटती होंगी है।